ਕੀ ਹਾਲ ਚਾਲ ਆ ਗਏ ਸੰਜੇ ਦੱਤ ਦੇ ਨਾਲ ਨਹੀਂ ਇਹ ਵਾਲਾ ਸੰਜੇ ਦੱਤ ਨਹੀਂ ਇਹ ਵਾਲਾ ਸੰਜੇ ਦੱਤ ਲਾਈਟ ਦੇ ਨਾਲ ਅਸੀਂ ਬੇਲੀਆਂ ਨਹੀਂ 5 ਸਾਲ ਵਾਸਤਵ ਦੇਖੀਆਂ ਵਾਲ ਵੱਡੇ ਰੱਖਣ ਨਾਲ ਸੰਜੇ ਦੱਤ ਨਹੀਂ ਬਣ ਜਾਂਦਾ ਜੇ ਵਾਲ ਵੱਡੇ ਰੱਖਣ ਨਾਲ ਹੀ ਸੰਜੇ ਦੱਤ ਬਣ ਜਾਂਦਾ ਹੁਣ ਨੂੰ ਮੈਂ ਦੋ ਵਾਰੀ ਬਣ ਕੇ ਰਿਟਾਇਰ ਹੋ ਜਾਂਦਾ ਇਸ ਟਾਈਮ ਨੂੰ ਤਾਂ ਮੈਂ ਗੈਰੀ ਸੰਧੂ ਹੋਣਾ ਸੀ ਅੱਛਾ ਬਖਸ਼ਦਾ ਨਹੀਂ ਕਿਸੇ ਨੂੰ ਆਓ ਚੱਲੀਏ ਸੰਜੇ ਦੱਤ ਦੇ ਟੈਲੈਂਟ ਵੱਲ ਫੀਲਿੰਗ ਬੜੀ ਚੱਕੀ ਫਿਰਦਾ ਵੇਖ ਲਓ ਰੀਲਾਂ 'ਚ ਪੱਟੀ ਬੰਨੀ ਹੁੰਦੀ ਹੈ ਇੱਥੇ ਪੱਟੀ ਕਿਉਂ ਬੰਨੀ ਆ ਚਿੱਤੜ ਧੋਂਦੇ ਟੱਟੀ ਲੱਗ ਗਈ ਸੀ ਹੱਥ 'ਤੇ ਸਮਝ ਨਹੀਂ ਆਉਂਦੀ ਸਾਲਾ ਬਦਮਾਸ਼ ਹੀ ਬਣੀ ਜਾਊ ਪਤਾ ਕਿੱਥੋਂ ਡੰਡੇ ਖਾ ਕੇ ਆਉਂਦਾ ਜਿਹੜੀ ਵੀਡੀਓ ਵੇਖ ਲਓ ਉਹਦੇ 'ਚ ਪੱਟੀ ਬੰਨੀ ਹੁੰਦੀ ਆ ਸਾਲਾ ਇਹ ਕਿਹੜਾ ਟ੍ਰੈਂਡ ਸੈੱਟ ਕਰ ਰਿਹਾ ਥੱਲੇ ਕਿਉਂ ਵੇਖੀ ਜਾਂਦਾ ਇੰਨੀ ਛੋਟੀ ਹੈ ਹਮਾਨੀ ਇਹ ਤਾਂ ਇਹ ਹਮਾਨੀ ਨੂੰ ਲੱਭੀ ਜਾਂਦਾ ਜਿਵੇਂ ਬਿੱਲੀ ਹੁੰਦੀ ਆ ਐਕਟਿੰਗ ਵੀ ਨਹੀਂ ਕਰਨੀ ਆਉਂਦੀ ਕੱਪੜੇ ਲਾਉਣ ਵਾਲੇ ਤਾਂ ਬਥੇਰੇ ਮਿਲ ਜਾਣਗੇ ਕੋਈ ਸਿਰ ਤੇ ਚੁੰਨੀ ਦੇਣ ਵਾਲਾ ਮਿਲੇ ਫੇਰ ਦੱਸੀ ਪਾਉਂਦੀ ਤਾਂ ਉਹ ਜੀਨਾ ਚੁੰਨੀ ਕਿਵੇਂ ਦੇਗਾ ਪੱਲਿਓ ਲਿਆ ਕੇ ਦੇ ਦੇਗਾ ਚੁੰਨੀ ਸਿਰ ਤੇ ਸਮਝ ਨਹੀਂ ਆਉਂਦੀ ਸਲਾ ਰੀਲਾਂ ਤੇ ਤਾਂ ਇੰਨੇ ਸੰਸਕਾਰੀ ਬਣ ਜਾਂਦੇ ਆ ਨਾ ਜਿਵੇਂ ਨਾਟਕਾਂ ਲਈ ਗੋਪੀ ਵੀ ਫੇਲ ਕਰਦੇ ਨੇ ਇਹ ਜੀ ਮਾਫ ਕਰ ਦੀਜੀਏਗਾ ਹਾਂਜੀ ਪਹਿਲਾਂ ਤੂੰ ਐਂ ਦੱਸ ਆਹ ਕਿਹੜਾ ਰਿਵਾਜ ਆ ਪਹਿਲਾਂ ਘਰੇ ਆਉਣ ਵਾਲਾ ਵਿਆਹ ਤੋਂ ਉਹ ਤੈਨੂੰ ਪਤਾ ਨਹੀਂ ਕੱਪੜੇ ਇਹ ਵੀ ਇੱਕ ਟਾਈਮ ਤੇ ਲਾਉਣੇ ਪੈਣਗੇ ਮਿਲੋ ਲਾਈਫ ਸੈੱਟ ਕਰੋ ਕਾਕਾ ਕਰਨਾ ਕਿ ਨਹੀਂ ਕਿ ਓਲੈਕਸ ਭਗਵਾਨ ਅਸੀਂ ਇੱਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ ਤੇਰੇ ਠੀਕ ਨਹੀਂ ਤੇਰੀਆਂ ਆਪਦੀਆਂ ਕਪਲੇਟਾਂ ਸੂਤ ਨਹੀਂ ਜਾਂਦੀਆਂ ਉਹਨੂੰ ਫੋਨ ਕਰਕੇ ਦੱਸੀ ਇਹਨਾਂ ਦਾ ਫਿਰ ਆਖੂਗਾ ਪ੍ਰੈਂਕ ਕਰਦਾ ਸੀ ਆ ਗਿਆ ਮੈਂ ਕੇਕ ਲੈ ਕੇ ਚੱਲ ਬੂਹਾ ਖੋਲ ਨਹੀਂ ਪੈਂਦੇ ਛਿੱਤਰ ਚੱਲ ਚੱਲ ਚੱਲੀਏ ਦੁਨੀਆ ਦੀ ਉਸ ਨਗਰੇ ਜਿੱਥੇ ਕੋਈ ਨਾ ਹੋਵੇ ਜਿੱਥੇ ਕੋਈ ਨਾ ਹੋਊ ਉੱਥੇ ਜਾ ਕੇ ਕਰਨਾ ਕੀ ਹੈ ਤੂੰ ਸਮਝ ਨਹੀਂ ਆਉਂਦੀ ਉੱਥੇ ਜਾ ਕੇ ਰੋਟੀ ਕੌਣ ਖਵਾਊਗਾ ਤੈਨੂੰ ਜਿੱਥੇ ਕੋਈ ਨਾ ਹੋ ਚੱਲ ਉੱਥੇ ਤੂੰ ਵੱਡਾ ਮੈਨ ਵਰਸਿਸ ਵਾਈਲਡ ਨਾ ਮੂਤ ਪੀ ਲੇਗਾ ਭਗਵਾਨ ਉੱਥੇ ਕੋਈ ਨਾ ਹੋ ਉੱਥੇ ਲੈ ਉਹ ਵੈਸੇ ਇਹ ਕਿਹੜਾ ਪੇਚਾ ਲਾਉਣ ਲੱਗਿਆ ਜਿਹੜੀ ਖਿੱਚ ਇੱਥੇ ਨਹੀਂ ਵੱਜਦੀ ਉੱਥੇ ਜਾ ਕੇ ਵੱਜੂਗੀ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ ਇਹਨਾਂ ਅੱਖੀਆਂ ਦੇ ਫੋਨ ਤੇ ਨਹੀਂ ਰੱਜਣਾ ਤਾਂ ਵਾਕਈ ਨਹੀਂ ਰੱਜਦਾ ਤਾਂ ਹੀ ਤਾਂ ਰੋਜ਼ ਉਹਨੂੰ ਘਰੇ ਸੱਦ ਲੈਂਦਾ ਸਾਲਾ ਲੋਕਲ ਵਿਆਹ ਵੀ ਨਾ ਹੋਵੇ ਬੰਦੇ ਦਾ ਜਦੋਂ ਜੀ ਕਰਦਾ ਮੂੰਹ ਚੱਕ ਕੇ ਤੁਰ ਜਾਓ ਵੈਸੇ ਜਦੋਂ ਜੀ ਕਰਦਾ ਉਹਦੀ ਬੁਲਾ ਲੈਂਦਾ ਲੱਗਦਾ ਆਸੇ ਪਾਸੇ ਗਲੀਆਂ 'ਚ ਹੀ ਰਹਿੰਦੀ ਆ ਆ ਮਾਨੀ ਆਈ ਮੈਗੀ ਬਣਾਉਣੀ ਸੀ ਪੁਰਸ਼ੋਤਮ ਨੇ ਲਿਆਈ ਸੋਸ ਬਣਾਉਣੀ ਨਾਲ ਠੀਕ ਆ ਜਾ ਲਵੀ ਗਾਇਸ ਹਿਮਾਨੀ ਆਉਂਦੀ ਹੈ ਸੋ ਟਾਈਜ਼ਨ ਭੌਂਕਣ ਲੱਗ ਗਿਆ ਹੁਣ ਖੁਸ਼ਬੂ ਆ ਗਈ ਲੱਗਦਾ ਹਿਮਾਨੀ ਗਲੀ 'ਚ ਐਂਟਰ ਹੋ ਗਈ ਹੈ ਸੋ ਆਓ ਚੱਲੀਏ ਚੱਲਦੇ ਹਾਂ ਹਿਮਾਨੀ ਵੱਲ ਸੋਰੀ ਹਿਮਾਨੀ ਤਾਂ ਆਪਣੇ ਵੱਲ ਆਈ ਹੈ ਆਓ ਪੌੜੀਆਂ 'ਚੋਂ ਪਿੱਕ ਕਰ ਲਈਏ ਜਲਦੀ ਜਲਦੀ ਵਲੋਗ ਬਣਾਵਾਂ ਆਇਆ 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 ਅਮਲੀ ਹੈ ਵਿਊ ਨਹੀਂ ਆਉਂਦੇ ਤੇਰੇ ਬਿਨਾਂ ਲੰਮੀ ਮੇਰੇ ਦੁੱਖਾਂ ਦੀ ਕਹਾਣੀ ਹੈ ਹੰਝੂਆਂ ਦੇ ਦੁੱਖਾਂ ਨੂੰ ਕਿ ਤੇਰੀ ਉਹ ਸਪੌਂਸਰਸ਼ਿਪ ਨੱਪ ਗਈ ਇਹਨੂੰ ਸਪੌਂਸਰਸ਼ਿਪ ਦਾ ਪਤਾ ਹੀ ਨਹੀਂ ਆਉਣਾ ਤੇਰੀ ਕੀ ਉਹ ਛਿਪ ਨੱਪ ਗਈ ਜਿਹੜੀ ਤੂੰ ਨਾਲੀਆਂ ਚਲਾਉਣਾ ਨਵੀਂ ਪਏ ਤੇ ਦੁੱਖਾਂ ਦੀ ਪਈ ਹੈ ਯਾਰ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਚੀਜ਼ੀ ਤੂੰ ਖਵਾ ਦਵੇਂ ਕਿਧਰੇ ਆ ਚੀਜ਼ੀ ਤਾਂ ਖਵਾ ਦੂਗਾ ਪਰ ਆਹ ਕਿਹੜੀ ਚੀਜ਼ੀ ਜਿਹੜੀ ਤੁਸੀਂ ਖਾਣ ਨੂੰ ਫਿਰਦੇ ਹੋ ਖੁਸ਼ ਵੇਖ ਹੁੰਦਾ ਠਾਰ ਕੀ ਆ ਸੁੱਕੀ ਪੱਪੀ ਇਹ ਗਿੱਲੀ ਤਾਂ ਐ ਹੁੰਦੀ ਆ ਨਾ ਵੀਰੇ ਕਿਹਨੂੰ ਕਹਿ ਰਿਹਾ ਪੁਰਸ਼ੋਤਮ ਨੂੰ ਓਹੋ ਉਹੀ ਕੰਮ ਰੌਂਗ ਕਰੀ ਜਾਂਦਾ ਕਿ ਤੇਰਾ
ਬਖਸ਼ਦੇ ਨਹੀਂ ਕਿਸੇ ਨੂੰ। ਅਸਾ ਤਾਂ ਜੁੜੀਆਂ ਨਿਭ ਲੈਂਦੇ, ਪਹਿਲਾਂ ਤੋੜਨ ਦੀਆਂ ਗੱਲਾਂ ਕਰਨ ਬਹਿ ਜਾਂਦੇ ਆ। ਵੈਸੇ ਹੁਣ ਤਾਂ ਤੂੰ ਤੜਿਆ ਫਿਰਦਾ, ਜੇ ਛੱਡ ਗਈ ਹੁਣ ਤਾਂ ਪੱਟੀ ਹੱਥ 'ਤੇ ਬੰਨੀ ਹੈ, ਬਾਅਦ 'ਚ ਚਿੱਤਲਾਂ 'ਤੇ ਵੀ ਬੰਨਣੀ ਪੈਣੀ ਆ। ਉੱਥੇ ਬਲੱਡ ਨਹੀਂ ਪਰ ਫਲੱਡ ਹੀ ਆਊਗਾ। ਕੀ ਆਪਕੋ ਲਗਤਾ ਹੈ ਕਿ ਆਪਕੀ ਬੀਵੀ ਆਪਕੋ ਕੰਟਰੋਲ ਕਰਤੀ ਹੈ? ਤੇਵੀ ਇਹਨੇ ਬੋਲੋ ਨਹੀਂ, ਤੇਵੀ ਇਹਨੇ ਬੋਲੋ ਨਹੀਂ। ਲੱਗਾ ਕਮਾਲ ਦੀ ਗੱਲ ਹੈ, ਵੈਸੇ ਟਾਈਮ ਨਾਲ ਹੀ ਥੱਲੇ ਲੱਗ ਗਿਆ। ਕੰਟਰੋਲ ਤਾਂ ਤੈਨੂੰ ਉਹ ਕਰਦੀ ਹੈ, ਜੇ ਉਹਨੇ ਆਖਤਾ ਵੀ ਇੱਦਾਂ ਵਲੋਗ ਨਹੀਂ ਬਣਾਉਣਾ ਤਾਂ ਨਹੀਂ ਬਣਾਉਣਾ, ਜੇ ਮਾਨੀ ਨੇ ਆਖਤਾ ਵੀ ਇੱਦਾਂ ਰੀਲ ਨਹੀਂ ਪਾਉਣੀ ਤਾਂ ਨਹੀਂ ਪਾਉਣੀ। ਵੈਸੇ ਕਮਾਲ ਦੀ ਗੱਲ ਹੈ, ਵਲੋਗ ਬੜੇ ਘੱਟ ਆਈ ਜਾਂਦੇ। ਕੀ ਗੱਲ, ਹਮਾਨੀ ਦੇ ਸਕੂਲ ਲੱਗ ਗਏ, ਟਿਊਸ਼ਨ ਵੀ ਜਾਂਦੀ ਹੈਗੇ? ਮੇਰੀ ਬੇਬੇ ਹੁਣ ਤੂੰ ਆ ਗਈ ਹੈ ਮੇਰਾ ਰੱਖਣ ਖਿਆਲ ਦੇ ਲਈ। ਬੇਬੇ ਤੋਂ ਰੱਖਿਆ ਨਹੀਂ ਜਾਂਦਾ ਸੀ ਖਿਆਲ, ਜਿਹੜਾ ਹੁਣ ਹਮਾਨੀ ਦਾ ਨਾਂ ਲਾਤਾ ਉਹਦਾ ਨਾਂ ਲਾਈ, ਉਹਨੂੰ ਐਂ ਨਹੀਂ ਪਤਾ ਹੋਣਾ ਵੀ ਮੇਰੇ ਸਕੂਲ 'ਚ ਫੀਸ ਕਿੱਥੇ ਭਰੀ ਜਾਂਦੀ ਹੈ। ਹਮਾਨੀ ਤੂੰ ਖਿਆਲ ਰੱਖ, ਤੂੰ ਆਪਦਾ ਆਪ ਰੱਖਿਆ ਕਰ। ਟੈਲੈਂਟ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ 'ਚ ਹੈ ਹੀ ਨਹੀਂ। ਸਲਾ ਮੈਗੀ ਵਲੋਗ ਆ ਯਾਰ, ਸੋਸ ਬਣਾ। ਮਾਨੀ ਇੱਧਰ ਹੋ ਜਾ ਕੈਮਰੇ 'ਚ। ਚੱਕਰ ਹੈ ਦੇਖਣਾ ਫਿਰ ਵੀ ਠੀਕ ਆ, ਜੇ ਕੁੜੀਆਂ ਨੂੰ ਐਂ ਬੁਲਾਉਣਾ ਫਿਰ ਤਾਂ ਲੱਛਣ ਟੁੱਟੀ ਵਾਲੀ ਹੈ ਨਾ, ਜੇ ਇਹਦੇ ਨਾਲ ਨਹੀਂ ਰੱਜਿਆ ਤਾਂ ਬਾਕੀਆਂ ਨਾਲ ਕਿਵੇਂ ਰੱਜ ਜਾਏਗਾ? ਟੱਕ ਦਾ ਬਿਊਟੀਆਂ ਹਾਏ, ਜੇ ਇੰਨੇ ਕਰੰਟ ਮਾਰਦੀ ਹੈ ਮੈਂ ਕਹਿੰਦਾ ਤੂੰ ਉਸੇ ਥਾਵਾਂ ਤੇ ਭੇਜ ਜਿੱਥੇ ਬਿਜਲੀ ਨਹੀਂ ਆਉਂਦੀ, ਮਾੜਾ ਮੋਟਾ ਕਰੰਟ ਤਾਂ ਦਊਗੀ। ਊਂ ਵੀ ਤੇਰਾ ਨਾਂ ਰੋਸ਼ਨ ਕਰੀ ਜਾਂਦੀ ਹੈ, ਉੱਥੇ ਲੋਕਾਂ ਦੇ ਸ਼ਹਿਰ ਰੋਸ਼ਨ ਕਰੂਗੀ। ਠਾਰ ਕੀ ਆ, अगर आपकी भी लाइफ में टेंशन आ रही हैं, प्रॉब्लम्स आ रही हैं, आपका कोई काम नहीं हो पा रहा है या आपकी जॉब के रिलेटेड आपको कोई प्रॉब्लम फेस करनी पड़ रही है, ਦਾ ਕੰਮ ਚੱਲੀ ਜਾਂਦਾ, ਸਾਨੂੰ ਕੋਈ ਲੋੜ ਨਹੀਂ। ਤੁਸੀਂ ਮਿਆਂਕ ਨੂੰ ਲੈ ਜਾਓ ਤੇ ਜਾ ਕੇ ਪਤਾ ਕਰੋ ਵੀ ਉਹਦੀ ਪੱਟੀ ਕਦੋਂ ਖੁੱਲੂਗੀ, ਜਾਂ ਫਿਰ ਪਤਾ ਕਰ ਲਓ ਤੁਹਾਡਾ ਵੀਜ਼ਾ ਕਦੋਂ ਲੱਗੂਗਾ, ਜਾਂ ਫਿਰ ਇਹ ਪਤਾ ਕਰ ਲਓ ਕਿ ਟੁੰਨੇ ਟੁੰਨੀ ਦੇ ਟੁੰਨੀ ਦੇ ਟੁੰਨਾ ਕਦੋਂ ਆਊਗਾ। ਹੁਣ ਤਾਂ ਇਕੱਠੇ ਹੋ ਹੀ ਗਏ, ਠਰ ਕੀ ਆ। ਉਹ ਬੱਲੇ ਅੱਜ ਬੜੀ ਸੋਹਣੀ ਲੱਗਣ ਦੀ, ਕੀ ਗੱਲ ਆ? ਤੁਸੀਂ ਵੀ ਨਹਾਉਣਾ ਸ਼ੁਰੂ ਕਰ ਦਿਓ, ਤੁਸੀਂ ਵੀ ਲੱਗੋਗੇ। ਇਹਦਾ ਮਤਲਬ ਤੂੰ ਵੀ ਅੱਜ ਹੀ ਨਾਤੀ ਆ। ਕਮਾਲ ਦੀ ਗੱਲ ਆ ਸਾਲੇ, ਜਿਹੜੇ ਸਕੂਲ ਦੀ ਲਾਇਬ੍ਰੇਰੀ 'ਚ ਕਾਪੀਆਂ ਥੱਲੇ ਜੋਕਾਂ ਵਾਲੀ ਕਿਤਾਬ ਨਹੀਂ ਪਈ ਹੁੰਦੀ ਸੀ, ਉੱਥੋਂ ਜੋਕ 'ਚ ਕੱਢ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਆ। ਇਹੋ ਜਿਹੇ ਜੋਕ ਤਾਂ ਅੱਜ ਕੱਲ੍ਹ ਅਖਬਾਰਾਂ 'ਚ ਵੀ ਨਹੀਂ ਛਪਦੇ, ਸਮਝ ਨਹੀਂ ਆਉਂਦੀ ਸਾਲੇ। ਪਾਕਿਸਤਾਨੀ ਪਲੇ ਨਹੀਂ ਹੁੰਦੇ ਜਿਹੜੇ, ਉਹਨਾਂ ਨੇ ਕਬੱਡੀ ਚੱਕ ਕੇ ਇੱਥੇ ਜੋਕ ਬਣਾਈ ਜਾਣਗੇ। ਹੈਗੇ ਕਈ ਰੀਲਾਂ ਵਾਲੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਹੋਣਾ। ਕਾਪੀ ਕੈਟ ਯਾ ਤਾਂ ਗਲ ਲੱਗ ਜਾਂਦੇ ਆ ਯਾ ਫਿਰ ਗਲ ਪੈਨੇ ਆ। ਜਾ ਕਿਹੜੀ ਚਾਹ ਜਿਹੜੀ ਇੱਕੋ ਘੁੱਟ 'ਚ ਪੀ ਲੈਂਦੇ ਹੋ? ਓਏ ਹੋਏ ਹੋਏ ਹੋਏ, ਬਿਨਾਂ ਕੱਪ ਤੋਂ ਕੀ ਗੱਲ, ਵੀਡੀਓ ਨਹੀਂ ਬਣਦੀ ਸੀ, ਐਕਟਿੰਗ ਕਰਨੀ ਹੁੰਦੀ ਹੈ ਨਾ ਸਾਲੀ। ਕੱਪ 'ਚ ਕੀ ਹਾਸਾ ਪਾ ਕੇ ਦਿੱਤਾ ਸੀ ਉਹਨਾਂ ਨੇ ਤੁਹਾਨੂੰ, ਨਕਲੀ ਐਕਟਰ। ਕਹਿੰਦੇ ਸਾਲੇ ਐਕਟਿੰਗ ਸਿੱਖ ਕਿੱਥੋਂ ਲੈਂਦੇ ਆ, ਜਿੱਥੇ ਕਲਾਸਾਂ ਲਾਉਂਦੇ ਨਾ, ਮੈਂ ਕਹਿੰਦਾ ਇੰਸਟੀਟਿਊਟ ਬੰਦ ਨਹੀਂ, ਢਾ ਦਿਓ ਉਹਨਾਂ ਨੂੰ ਤਾਂ। ਤੂੰ ਹੀ ਤਾਂ ਰੌਣਕ ਮੇਲਾ ਜ਼ਿੰਦਗੀ ਮੇਰੀ ਸੁਣੀ ਦਾ। ਰੌਣਕ ਮੇਲੇ ਨੂੰ ਕੀ ਨੰਗਾ ਨੱਚਦਾ ਇਹ? ਵੈਸੇ ਕਮਾਲ ਦੀ ਗੱਲ ਆ, ਸੁਣੀ ਜ਼ਿੰਦਗੀ ਕੀ, ਪੁਰਸ਼ੋਤਮ ਕਿੱਥੇ ਗਿਆ ਤੇਰਾ ਭਰਾ? ਕੀ ਗੱਲ, ਉਹ ਕੈਂਪ ਲਾਣ ਗਿਆ ਕਿਤੇ? ਉਹਦੇ ਜਿੰਨੀ ਰੌਣਕ ਤਾਂ ਕੋਈ ਲਾ ਨਹੀਂ ਸਕਦਾ। ਆਇਆ ਹੈ ਮਾਨੇ, ਸੌਸ ਬਣ ਗਈ। ਅੱਛਾ, ਕਿ ਤੂੰ ਥੋੜ੍ਹਾ ਜਿਹਾ ਟਾਈਮ ਰੁਕਦਾ ਸਹੀ, ਤੂੰ ਤਾਂ ਫੋਟੋ ਦੇਖ ਦੇਖ ਕਿਹਾ ਕਰੇਂਗੀ ਕਿ ਇਹ ਤਾਂ ਉਹੀ ਹੈ ਜਿਹੜਾ ਸਾਡੀ ਗਲੀ ਪਤੰਗ ਲਿੜਦਾ ਫਿਰਦਾ ਹੁੰਦਾ ਸੀ। ਬੈਲਾ ਮਾਰ ਕੇ ਭੱਜਦਾ ਸੀ, ਬਾਅਦ ਚੱਪੜਾਂ ਨਾਲ ਕੁੱਟਿਆ ਸੀ। ਉਹੀ ਹੈ, ਦੇਖ ਕਿਹਾ ਕਰੇਂਗੀ ਕਿ ਇਹ ਤਾਂ ਉਹੀ ਹੈ ਜਿਹੜਾ ਜਵਾਕਾਂ ਦੇ ਪੋਪਲੇ ਖੋ ਕੇ ਖਾ ਜਾਂਦਾ ਸੀ। ਅੱਜ ਲਈ ਇਹਨੇ ਵੀਡੀਓ ਲਾਈਕ ਮਿੰਟ 'ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜ਼ਰੂਰੀ ਗੱਲ, ਦੋ ਤਿੰਨ ਜ਼ਰੂਰੀ ਗੱਲਾਂ ਕਰਾਂ ਪਹਿਲਾਂ ਤਾਂ। ਪਹਿਲਾਂ ਤਾਂ ਇਹ ਕਿ ਪੰਜਾਬ ਦਾ ਹਾਲ ਬਹੁਤ ਬੁਰਾ ਹੋ ਗਿਆ ਸੀ, ਕੁਛ ਕੁ ਤਾਂ ਸੁਧਰ ਗਿਆ, ਮਤਲਬ ਸੈਟਿੰਗ ਹੋ ਰਹੀ ਆ, ਫਲੱਡ ਆਏ ਵੇ ਜਿੱਥੇ, ਹੈ ਨਾ। ਸੋ ਵੱਧ ਚੜ ਕੇ ਹੈਲਪ ਕਰੋ, ਹੈਲਪ ਜ਼ਰੂਰੀ ਨਹੀਂ ਕਿ ਪੈਸਿਆਂ ਦੀ ਹੀ ਕਰਨੀ ਹੈ, ਸ਼ੇਅਰ ਕਰਕੇ ਲੋਕਾਂ ਦੀ ਉੱਦਾਂ ਹੀ ਸਹਾਇਤਾ ਕਰਕੇ ਹੈਲਪ ਕਰ ਦਿਓ ਜਿਹੜੇ ਔਖੇ ਨੇ, ਹੈ ਨਾ। ਅਤੇ ਇੱਕ ਹੋਰ ਗੱਲ, ਵੀਡੀਓ ਆਉਣ ਦਾ ਰੀਜ਼ਨ ਇਹ ਹੈ ਕਿ ਡਾਲਰ ਯਾਰ ਪੀਲਾ ਦੇਖ ਲਓ, 10-12 ਦਿਨ ਹੋ ਗਏ ਸਾਲਾ ਹਰਾ ਹੀ ਨਹੀਂ ਹੁੰਦਾ। ਵੀਡੀਓ ਰਿਵਿਊ 'ਚ ਹਜੇ ਤੱਕ ਇਹ ਵੀ ਨਹੀਂ ਆਇਆ ਕਿ ਵੀਡੀਓ ਲਿਮਿਟਡ ਐਡ ਵੀ ਲੱਗਦੀਆਂ ਪਈਆਂ, ਇੰਨਾ ਬੇੜਾ ਗਰਕ ਹੋਇਆ ਪਿਆ ਯੂਟਿਊਬ ਚੈਨਲ 'ਤੇ।
ਜਦੋਂ ਸਾਰਾ ਚੈਨਲ ਹੈਕ ਹੋ ਕੇ ਹਟਿਆ ਉਦੋਂ ਬਾਅਦ ਆਹੀ ਰੌਲਾ ਮੈਂ ਫੇਸ ਕਰੀ ਜਾਂਦਾ। ਤਾਂ ਹੀ ਜਦੋਂ ਮੈਂ ਟ੍ਰੈਂਡ 'ਤੇ ਵੀਡੀਓ ਬਣਾਉਣਾ ਉਦੋਂ ਟ੍ਰੈਂਡ ਪੁਰਾਣਾ ਹੋ ਜਾਂਦਾ, ਜਦੋਂ ਹਰੀ ਹੁੰਦੀ ਹੈ, ਇਸ ਲਈ ਮੈਂ ਟ੍ਰੈਂਡ 'ਤੇ ਵੀਡੀਓ ਨਹੀਂ ਬਣਾਉਂਦਾ ਕਿਸੇ 'ਤੇ। ਨੋਰਮਲ ਵੀਡੀਓ ਪਾਈ ਦੀ ਆ, ਨੋਰਮਲ ਪਾਈ ਦੀ ਤਾਂ ਵਿਊ ਨਹੀਂ ਆਉਂਦੀ, ਕਰੀਏ ਜਾਵਾਂ ਕਿੱਥੇ ਯਾਰ। ਸੋ ਵੀ ਯਾਰ ਰੀਲਾਂ ਘੱਟ ਪਾਇਆ ਕਰੋ, ਨਹੀਂ ਲੋੜ, ਅੱਗੇ ਬਹੁਤ ਸੰਜੇ ਦੱਤ ਤੁਰੇ ਫਿਰਦੇ ਆ। ਸਬਸਕ੍ਰਾਈਬ ਕਰਕੇ ਜਾਇਆ ਚੈਨਲ ਨੂੰ ਅਤੇ ਹੈਲਪ ਕਰਿਓ, ਬਹੁਤ ਜ਼ਿਆਦਾ ਜ਼ਰੂਰੀ ਹੈ ਯਾਰ। ਸ਼ੁਕਰ ਕਰੋ ਵਾਹਿਗੁਰੂ ਦਾ।